Abi zorla değil be. Yani yani. Niye hayal yaptın? Bunu daha ne kalmadı? Daha sonra. Şey, birinci cevap öğrendim. Abi benim de söyle sarkma, gel sahiden abi. Sarkma. Vay be. Kale o şey onlar ne kadar canım. Bakılır diyor. Niye abi çözde yanlış. Kullanmıyor. Değil. Tekrar 24 saat daha sonda ne ya? Oh, bir gün ne yapar gördün Allah sağlar. Jeezi. Din rahat. Jeezi. Bu kadar sonda ne oldu? Sen gal bas kar. Jeezi böyle bir hal var ya. Ya sağ olun canım. Aşağı kade sen dene. Jeezi akıda mı sen mi le? Bir ara boğur adam var mı şov? Aşağı. İşte de garmin bir ara sağ olun. Machine mal jee utheden de ek number utheden de jee kada bandan ek darbar hai qabristan de vich baba mehndi shah o ke o darbar qabristan ke jee nala gar nu badi pahunch hai jee o bahut purana darbar hai qabristan ke banan teen sadiyan purana jee ha aap utthe tere paas hai ye idru aao na kachari al acha takreeb hi kachari ਉਹ ਠੀਕ ਬੰਦੇ ਸਰਕਾਰ ਨਾਲ ਮੁਸਕਿਲ ਦਿਖਾਣਾ ਨਹੀਂ ਨਾ ਕੋਈ ਨਹੀਂ ਜਿਹੜਾ ਵੀ ਨਾਲ ਲੈ ਮਤਲਬ ਇਹ ਨਹੀਂ ਵੀ ਦੋ ਚਾਰ ਦਿਨ ਇੱਕ ਜਗ੍ਹਾ ਟਿਕਣਾ ਨਹੀਂ ਦੋ ਦੋ ਸਾਲ ਪੰਜ ਪੰਜ ਸਾਲ ਇੱਕ ਜਗ੍ਹਾ ਬੈਠਾ ਰਹਿਣਾ ਅੱਛਾ ਜੀ ਹੁਣ ਨਾ ਸਾਹਮਣੇ ਆ ਵੀ ਖਲੋਂਦੇ ਨਹੀਂ ਅੱਛਾ ਬੰਦੇ ਖਲੋਣੀ ਨਹੀਂ ਆ ਬੰਦੇ ਲੈ ਜਾਂਦੇ ਜੀ ਉਹ ਕਰੇ ਤੇ ਟੁੱਟ ਜਾਂਦੇ ਨੇ ਜੀ ਤੁਰ ਜਾਣੇ ਨੇ ਕਹਿੰਦੇ ਆ ਕਿ ਅੱਥੋਂ ਦਿਲ ਤੇ 2 ਘੰਟੇ ਦਾ ਮੈਂ ਬਾਹਰ ਨਹੀਂ ਕਰਦਾ ਜੀ ਤੇ ਉਹ ਕਹਿੰਦਾ ਰਹੇ ਨੇ ਆ ਬਸ ਅੱਛਾ ਅਬਦਰਮਾਨ ਬੋਲੇ ਜੀ ਸ਼ਰੀਫ ਆ ਜੀ ਉਹਨਾਂ ਦਾ ਦਾ ਤੇ ਹੈ ਜਲਮ ਦੇ ਜਲਮ ਮਸ਼ੀਨ ਮੈਂ ਲੈ ਰਹੇ ਨੇ ਆ ਤਾਂ ਪਹਿਲਾਂ ਕੰਮ ਕਰਦੇ ਤਾਂ ਸੁਣਾ ਅੱਛਾ ਬਸ ਜਿਲੇ ਪਾਸੇ ਆਏ ਨੇ ਛੱਡ ਮਸ਼ੀਨ ਮਹੱਲੇ ਇੱਕ ਮਾਈ ਹੋਈ ਸਾਂ ਮਾਈ ਦੇ ਵੀਰਾ ਉਹ ਗਾਰਾਂ 'ਚ ਉਹ ਵੀ ਸ਼ਹਿਰਾਂ ਤੋਂ ਕੱਕੇ ਸ਼ਹਿਰਾਂ ਤੋਂ ਜਾਂਦੇ ਸਾਂ ਮੈਂ ਤੇ ਕੱਕਾ ਸ਼ਾਹ ਜਿਹੜੇ ਸਨ ਕੱਕੇ ਸ਼ਾਹ ਸਾਡੀ ਦੁਕਾਨ ਦੇ ਬਹੁਤ ਚੰਗੀ ਸਾਹਿਬ ਆਏ ਬਹੁਤ ਉਹਨਾਂ ਦਾ ਵੀ ਹੁੰਦਾ ਭਾਰਤ ਸਰਕਾਰ ਉਸ ਹੁੰਦਾ ਸੀ ਨਾ ਫਿਰ ਤੇ ਟੁੱਟੇ ਫਿਰ ਉਹ ਸਾਡੀ ਦੁਕਾਨ ਦੇ ਆਉਂਦੇ ਨੇ ਮਤਲਬ ਆ ਇੱਥੇ ਸਾਡੇ ਕੋਲ ਆਉਂਦੇ ਨੇ ਮੈਂ ਮਿਲਿਆ ਨਹੀਂ ਬਸ ਪੁਰਾਣੀ ਗੱਲ ਹੈ ਨਾ ਆਪਾਂ ਆਪਾਂ ਇਹਨਾਂ ਦੇ ਬੜਾ ਸਾਹਿਬ ਗਿਆ ਪੁਰਸ਼ਤੇ ਵੀ ਆਉਂਦੇ ਨੇ ਜਿੰਨਾ ਜੀ ਉੱਥੇ ਬੈਠੇ ਜੇ ਨਾ ਰੇਲਵੇ ਰੋਡ ਦਾ ਬਹੁਤ ਜ਼ਿਆਦਾ ਹੁੰਦਾ ਸਰ ਅਕਰਮ ਸਾਹਿਬ ਨਾਲ ਇੱਕ ਕਰਮ ਸ਼ਾਹਰਾਂ ਦੇ ਵੀ ਜਾਂਦੇ ਜੀ ਹਾਂ ਕਰਮ ਸ਼ਾਹਰਾਂ ਦਾ ਰੋਜ਼ਾ ਇਹ ਨਹੀਂ ਬਣਵਾਇਆ ਜੀ ਹਾਂ ਮਤਲੇ ਇਸ਼ਾਰਾ ਇਹ ਨਹੀਂ ਦਿੱਤਾ ਜੀ ਜੀ ਹਾਂ ਸਾਡੇ ਕੋਲ ਅੱਗੇ ਤੋਂ ਪਤਾ ਜੀ ਨਾ ਜਗ੍ਹਾ ਜਗ੍ਹਾ ਖਰੀਦੀ ਸੀ ਕਿਸੇ ਨੇ ਜੀ ਜੀ ਤੇ ਉਹ ਫਿਰ ਉਹ ਆ ਮਤਲਬ ਕਿ ਦੁਕਾਨ ਸ਼ਕਾਨ ਛੱਤੇ ਤੇ ਆਪ ਗਾਤੀ ਚਲਾਉਂਦੇ ਹਾਂ ਫਿਰ ਸਾਹਿਬ ਹੋ ਗਿਆ ਉਹ ਉਹ ਸਾਈ ਅਖਤਰ ਸਾਈ ਗੁਲਾਮ ਸੀ ਹਾਂ ਗੁਲਾਮ ਸੀ ਉਸ ਸੀ ਸ਼ਾਹ ਜੀ ਹਾਂ ਉਹਨਾਂ ਨੂੰ ਕਾਲਜ ਹੋ ਗਿਆ ਸੀ ਜੀ ਗੁਰਦੁਆਰਾ ਹੋ ਗਿਆ ਬੋਲ ਕਿੰਨੇ ਆ ਉਹਨਾਂ ਦੀ ਸਾਡੀ ਅਰਥੋ ਆ ਉਹ ਹੀ ਸਾਣੋ ਸਾਡੇ ਘਰ ਦੇ ਵਿੱਚ ਉਹ ਕਰੀਬ ਉਹਨਾਂ ਨੇ ਇੱਕ ਲੋਕ ਮੈਂ ਜਲਾਲੀ ਗੁਜ਼ਰ ਹੋ ਗਿਆ ਆ ਇਹ ਸ਼ਾਹਰਾ ਫਿਰ ਮਤਲਬ ਜੋ ਉਹਨਾਂ ਫਿਰ ਇਹਨਾਂ ਦੀ ਅਰਜ਼ੀ ਸੀ ਤੇ ਦਰਬਾਰ ਸਾਹਿਬ ਨਾਲ ਤੇ ਆ ਰਹੀ ਮਾ ਉਹ ਰੇ ਨਾ ਗਿਆ ਜੇ ਹੁਣ ਤੁਸਾਂ ਇਹ ਜਿਹੜੀ ਜੀ ਦੂਜੀ ਜਗ੍ਹਾ ਨਾ ਇਹ ਛੱਡ ਦਿਓ ਇਹ ਨਾ ਬੜੇ ਇੱਥੇ ਦਰਬਾਰ ਵੀ ਬਣਨਾ ਅਤੇ ਮਤਲਬ ਇਹਨਾਂ ਦਾ ਨਾਂ ਕਰਮ ਸ਼ਾਹ ਉਹਨਾਂ ਹੀ ਦੱਸਿਆ ਬਾਅਦ ਜੀ ਕਿ ਜਨਾਦ ਨਹੀਂ ਅਤੇ ਇਹਨਾਂ ਦਾ ਨਾਂ ਕਰਮ ਉਹ ਫਿਰ ਮਤਲਬ ਇਹ ਨਾਲੇ ਫਿਰ ਜਿਹੜੇ ਉੱਥੇ ਉਹ ਵੜਨ ਦੇ ਨਹੀਂ ਹੈ ਅਤੇ ਆਵਾਜ਼ ਆਈ ਤਰੈ ਦਫ਼ਾ ਅਤੇ ਛੱਡ ਉਹ ਫਿਰ ਇੱਕ ਤਾਂ ਉਲਟਾ ਹੋ ਗਿਆ ਨਾ ਪਤਾ ਜੀ ਵਧੀਆ ਦੋ ਜਿਸ ਤਰ੍ਹਾਂ ਫਿਰ ਕੱਢੇ ਸੀ ਅਤੇ ਦੋ ਬਚ ਗਈ ਅਤੇ ਤ੍ਰੀਜਾ ਜਿਹੜਾ ਸੀ ਉਹ ਫਿਰ ਉਹਨੇ ਕੱਢਿਆ ਉਹਨੇ ਆਖਿਆ ਇਸ ਤਰ੍ਹਾਂ ਸਬਜ਼ ਪ੍ਰਾਣ ਅੱਛਾ ਉਹਨਾਂ ਦੱਸਿਆ ਅਤੇ ਅਸੀਂ ਕਰਮ ਸ਼ਾਹ ਸਾਡੇ ਨਾਲ ਸਾਰੇ ਉਹਨਾਂ ਦਾ ਛਜਰਾ ਜਿਹੜਾ ਨਾ ਸਰਾਬ ਤੋਂ ਆਏ ਇਹ ਕਿੱਥੋਂ ਸਰਾਬ ਜੀ ਆਹ ਫਿਰ ਮਤਲਬ ਸ਼ਾਹਰਾਂ ਫਿਰ ਆਖਿਆ ਦੇਗਾਂ ਪਕਾਓ ਜੀ ਪਤਨੀ ਦੁਆਓ ਅਤੇ ਚਲੋ ਮੈਂ ਐਪ ਜੀ ਪਾਸਾ ਛੱਡ ਦਿਓ ਜੀ ਅਤੇ ਬਾਕੀ ਤੁਸੀਂ ਠੀਕ ਹੈ ਉਹ ਫਿਰ ਹੈ ਬੰਦਾ ਠੀਕ ਹੈ
ਉਹ ਫਿਰ ਰੋਜ਼ਾ ਸ਼ੋਜ਼ਾ ਬਣਿਆ ਫਿਰ ਬੱਚੇ ਬਣਿਆ ਫਿਰ ਬਿਲਕੁਲ ਦਰਿਆ ਤੁਸੀਂ ਵੀ ਜਿੰਨੀ ਦਰਿਆ ਬਿਲਕੁਲ ਨਾਲ ਚੱਲ ਬਿਲਕੁਲ ਦਰਿਆ ਨਾਲ ਵਗਦਾ ਸਰਦਾਰ ਜੀ ਹੁਣ ਤੇ ਹੱਟ ਗਿਆ ਕੱਤੀ ਜੇ ਸੀ ਨਾਲ ਗਏ ਆ ਫਿਰ ਉੱਥੇ ਰਾਤ ਨੂੰ ਫਿਰ ਬਾਹਰ ਦੇ ਪਰਾਂ ਪਿੱਛੇ ਨਹੀਂ ਦਰਬਾਰ ਦੇ ਪਿੱਛੇ ਖੜੇ ਸੀ ਦਰਬਾਰ ਦਰਿਆ ਤੇ ਚੱਲ ਸਾਨੂੰ ਬਾਹਰ ਸਟਰੇਟ ਬਸ ਇਹਨਾਂ ਦਾ ਲੈ ਜਾਂਦੇ ਸਾਰੇ ਫਿਰ ਉੱਥੋਂ ਹੀ ਲੈ ਕੇ ਫਿਰ ਚੱਲਦੇ ਰਹਿੰਦੇ ਸਨ ਕਦੇ ਮਤਲਬ ਕਰਾਚੀ ਕਦੇ ਬੜਾ ਅੱਛਾ ਸਰਦਾਰ ਦੇ ਬੜੇ ਅਧਾਰ ਵੀ ਉਹਨਾਂ ਦੀ ਪੜੀ ਸੀ ਫੋਟੋ ਲੱਗਿਆ ਉਹਨਾਂ ਵੱਡਿਆਂ ਨਾਲ ਅਫਜ਼ਾਲ ਅਹਿਮਦ ਸਿੰਘ ਹੁਣ ਜਿਹੜੇ ਮੁਬਾਰਕ ਵਾਲੀ ਸ਼ਹਿਰੀ ਅੱਗੇ ਮਰੀਦ ਪੀਰ ਅਫਜ਼ਾਲ ਸ਼ਾਹ ਸਾਹਿਬ ਦੇ ਮੁਬਾਰਕ ਸਾਹਿਬ ਨੇ ਨਾ ਜੀ ਅਹਿਮਦ ਸਿੰਘ ਮੰਡੀ ਫਿਰ ਪੇ ਜਾਂਦੇ ਮੰਡੀ ਦਸ ਗਿਆਰਾਂ ਬਾਰਾਂ ਮਹੀਨਾ ਸਾਰਾ ਛੁੱਟੀ ਕੀਤੀ ਹੈ ਦੁਆ ਹੋ ਗਈ ਬਾਦਸ਼ਾਹ ਦੇ ਜਿਹੜੇ ਰਾਮ ਜੀ ਸੀ ਅਸੀਂ ਤੇ ਫਿਰ ਦੁਆ ਵਾਪਰਿਆ ਤੇ ਬਾਅਦ ਚ ਪਹਿਲਾਂ ਫਿਰ ਜਿਹੜੇ ਕਦਮਾਂ ਚ ਆਏ ਨੇ ਅੱਲਾ ਪਾਕ ਆਰਿਫ ਦੀ ਪਰੇਸ਼ਾਨੀ ਰਿਸ਼ਤੇ ਆਸਾਨ ਕਰੇ ਤੁਸੀਂ ਵੀ ਦੁਆ ਖਰਚ ਦੋ ਅੱਲਾ ਪਾਕ ਕਰੇ ਸ਼ਾਹ ਸਾਹਿਬ ਹੋਰਾਂ ਦੀ ਖਿਦਮਤ ਜੀ ਸਾਡਾ ਵੀ ਸਲਾਮ ਜੇ ਜਦੋਂ ਕਿਰੇ ਹਾਜ਼ਰੀ ਹੈ ਵੇਖ ਸਾਹਿਬ ਹਾਸਿਲ ਕਰਨਾ ਚਾਚੀ ਬਸ ਮਰਜ਼ੀ ਵਾਲ ਨਹੀਂ ਕੱਪੜੇ ਛੱਪੜੇ ਲਾਉਂਦੇ ਨੇ ਮੈਨੂੰ ਸਰਦਾਰ ਬੜੀ ਕੁੱਟ ਪਈ ਹੈ ਉਹਨਾਂ ਨੂੰ ਬਾਲ ਛਾ ਰੱਖੇ ਬਾਲ ਆਪਦੀਆਂ ਜੁਲਫਾਂ ਹੀ ਨੇ ਪਿੱਛੇ ਬਾਲ ਦੇ ਰਹੇ ਕੋਲ ਦਾੜੀ ਦਾੜੀ ਹੈ ਮੈਨੂੰ ਤਾਂ ਪਸੰਦ ਦੰਦ ਕੋ ਨਹੀਂ ਆ ਉਮਰ ਕਾਫੀ ਕਿੰਨੀ ਉਮਰ ਤਕਰੀਬਨ
ਬਹੁਤ ਰਹਿਮਤ ਜੀ ਜੀ ਇਹਨਾਂ ਦੀ ਕੁੱਟ ਬਾਦਸ਼ਾਹ ਫਰਮਾਨ ਵੀ ਨਹੀਂ ਜਾਣਾ, 90 ਦਿਨ ਬਾਦਸ਼ਾਹ ਫਰਮਾਨ ਕਹਿੰਦੇ ਨਹੀਂ ਜਾਣਾ, ਰੋਣ ਲੱਗ ਪਏ ਸ਼ਾਮ ਦਾ ਟਾਈਮ। ਮੈਨੂੰ ਆਖਦੇ ਨੂੰ ਸ਼ਾਪ ਉਸ ਕੋਠੇ ਚ ਨਹੀਂ ਜੀ, ਬੜੇ ਜਗ੍ਹਾ ਮੈਂ ਆਖਦੇ ਕਲੀਨ ਵਿਛਾਇਆ ਗਿਆ ਕਮਰਾ ਜੀ, ਕੰਬਲ ਵਿਛਾਇਆ ਮੈਨੂੰ ਆਖਦੇ ਨੇ, ਅੰਡੇ ਲਿਆ ਦੇਖੋ ਸਰਦੀ, ਮੈਂ ਬੇਟੇ ਨੂੰ ਕਿਹਾ ਮੈਂ ਘਰ ਅੰਡੇ ਲਿਆ ਕੇ ਲਿਆ ਕਵਾ ਬਣਾ ਕਵਾ ਬਣਾ ਰਹੇ ਨੇ ਸਵੇਰੇ ਰਾਤੀ 12 ਵਜੇ ਮੈਨੂੰ ਪਸੰਦ ਕਰਦੇ ਨੀ 90 ਦਿਨ ਨੀ ਜਾਣਾ ਜੀ, ਫਿਰ ਵਾਲਾ ਸਾਡਾ ਕੋਲ ਫਿਰ ਰੋਣ ਲੱਗੇ ਬੱਚੇ ਨਿੱਕੇ ਨਿੱਕੇ ਜਾਣੇ, ਅਗਲੇ ਨੂੰ ਹੁਣ 3 ਮਹੀਨੇ ਨੀ ਜਾਣਾ, ਰਾਤੀ 90 ਦਿਨ ਵੇਲੇ ਕਰਾਇਆ ਦੇ ਮੈਂ ਹੱਥ ਲਾ ਗਿਆ, ਮੈਂ ਵਾਲਾ ਸਾਨੂੰ ਫਿਰ ਉਹਨਾਂ ਨੇ ਕਿਹਾ ਗੱਲ